ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਲਾਸਟ ਵੀਡੀਓ 'ਤੇ ਕਮੈਂਟ ਕਰਨ ਲਈ ਅਤੇ ਉਹਨੂੰ ਦੇਖਣ ਲਈ। ਅੱਜ ਗੋਡਵੇ ਹੈੱਡ ਆਏ ਸੀਗੇ ਪਰ ਕੋਰਲੇ ਹੈੱਡ ਇਹਨਾਂ ਨੇ ਬੰਦ ਕੀਤਾ ਹੋਇਆ, ਉੱਥੇ ਅੱਗੇ ਬੰਕਰਾਂ ਕੋਲ ਜਾ ਨਹੀਂ ਸਕਦੇ। ਪਰ ਇੱਥੇ ਇੱਕ ਬੰਕਰ ਹੈਗਾ, ਉਹ ਦੇਖ ਸਕਦੇ ਹਾਂਗੇ, ਉਹ ਤੁਹਾਨੂੰ ਦਿਖਾਉਣੇ ਆ। ਪਰ ਜਦੋਂ ਵੀ ਇਹ ਖੁੱਲ੍ਹ ਗਿਆ ਇੱਥੇ ਵੀ ਜ਼ਰੂਰ ਆਵਾਂਗੇ। ਅਤੇ ਲਾਸਟ ਟਾਈਮ ਵੀਡੀਓ 'ਚ ਕਿਹਾ ਸੀ ਮੈਂ ਤੁਹਾਨੂੰ ਕਾਰਾਂ ਦਿਖਾਊਂਗਾ, ਪਰ ਉਹ ਵੀ ਮਿਊਜ਼ੀਅਮ ਬੰਦ ਪਿਆ ਹੈਗਾ। ਜਿੱਦਣੇ ਉਹ ਮਿਊਜ਼ੀਅਮ ਖੁੱਲ੍ਹਿਆ ਤੁਹਾਨੂੰ ਉਹ ਵੀ ਜ਼ਰੂਰ ਦਿਖਾਵਾਂਗਾ। ਇਹਨਾਂ ਨੇ ਬੰਦ ਕੀਤਾ ਹੋਇਆ ਅਤੇ ਨਾ ਬੰਕਰਾਂ ਕੋਲ ਜਾ ਸਕਦੇ ਹਾਂ, ਬੰਕਰ ਇੱਧਰ ਨੇਗੇ, ਪਤਾ ਪਾਣੀ ਜੋ ਵੀ ਸਾਰਾ ਕੁਛ ਇੱਧਰ ਹੈਗਾ, ਉੱਥੇ ਜਾ ਨਹੀਂ ਸਕਦੇ, ਮੇ ਬੀ ਕੰਮ ਕੁੰਮ ਚੱਲਦਾ ਹੋਵੇ। ਅਤੇ ਲਾਸਟ ਟਾਈਮ ਤੁਹਾਨੂੰ ਮੈਂ ਕਿਹਾ ਸੀ ਇੱਧਰ ਗੋਡਲੇ ਹੈੱਡ ਆ, ਆਹ ਚੀਜ਼ ਦਿਖਾਈ ਸੀ ਤੁਹਾਨੂੰ ਲਾਸਟ ਟਾਈਮ, ਉੱਧਰੋਂ ਵੋਕ ਇੱਧਰ ਨੂੰ ਆਉਂਦੀ ਹੈ 3-4 ਕਿਲੋਮੀਟਰ ਇਸ ਗੋਡਲੇ ਹੈੱਡ ਨੂੰ ਇੱਧਰ ਬੰਕਰਾਂ ਵਾਲੀ। ਅਤੇ ਆਹ ਵਾਲਾ ਬੰਕਰ ਆ ਜਿਹੜਾ ਉੱਪਰ ਚੜ੍ਹ ਕੇ ਦਿਖਾਉਣੇ ਆ ਜੀ, ਥੋੜ੍ਹਾ ਈਜ਼ੀ ਹੋਇਆ। ਹਾਂਜੀ, ਨਿਹਾਲ ਫਿਰ ਗੋਦੀ, ਮੰਮੀ ਤੋਂ ਚੱਕਿਆ ਨਹੀਂ ਜਾਂਦਾ, ਅਤੇ ਉੱਪਰ ਨੂੰ ਚਾਲੇ ਪਾ ਦਿੱਤੇ ਨੇ ਚੜ੍ਹਾਈਆਂ ਵੱਲ ਨੂੰ। ਨਿਹਾਲ ਉਸ ਦਿਨ ਯਾਰ ਤੋਂ ਬਹੁਤ ਸੀ ਅਤੇ ਅੱਖਾਂ 'ਚ ਤਾਂ ਬਹੁਤ ਪੈਂਦੀ, ਅੱਜ ਟੋਪੀ ਲੈ ਕੇ ਦਿੱਤੀ ਇਹਨੂੰ, ਇਹਨੂੰ ਗੱਲ ਮੁੰਡਾ ਕੋਈ ਨਹੀਂ। ਚੜ੍ਹਾਈ ਠੀਕ ਹੀ ਆ, ਕੋਈ ਜ਼ਿਆਦਾ ਹੀ ਔਖੀ ਨਹੀਂ ਹੈਗੀ ਜੀ, ਬੱਚੇ ਨਾਲ ਆਰਾਮ ਨਾਲ ਚੜ੍ਹਾਇਆ ਜਾ ਰਿਹਾ, ਸਾਈਕਲਿੰਗ ਵੀ ਕਰ ਰਹੇ ਬਣਿਆ ਹੁੰਦਾ ਅਗਲਾ ਆਪਣਾ। ਉਹਨਾਂ ਦਾ ਹੀ ਜਿਹਨਾਂ ਨੇ ਇੱਥੇ ਕੰਮ ਕੀਤਾ ਵਰਲਡ ਵਾਰ 'ਚ, ਵਰਲਡ ਵਾਰ 2 'ਚ, ਕਿਤੇ ਕਿਤੇ 718 ਪੀਪਲ ਸੀਗੇ ਇੱਥੇ 1941 ਦੇ ਵਿੱਚ, ਬੰਕਰਾਂ 'ਚ ਜੋ ਇੱਥੇ ਆ ਬੰਕਰ ਬਣੇ ਹੋਏ ਨੇ। ਅਸਲ ਤੁਹਾਨੂੰ ਦੇਖਾਂ ਵਿੱਚ ਇੱਥੇ ਇੱਕ ਸਿੰਗਲ ਬੰਕਰ ਆ, ਪਰ ਸਾਈਡ ਬਹੁਤ ਜ਼ਿਆਦਾ ਬੰਕਰ ਨੇਗੇ। ਹਲੋ ਜੀ, ਬੰਕਰ ਕੋਲ ਪਹੁੰਚ ਚੁੱਕੇ ਹਾਂ, ਇਹ ਤਕਰੀਬਨ 5 ਮਿੰਟ ਮੈਂ ਲੱਗਿਆ ਸਾਨੂੰ ਚੜ੍ਹਨ ਨੂੰ। ਇੱਥੇ ਫਾਰਮ 'ਚ ਭੇਡਾਂ ਵੀ ਨੇਗੀਆਂ, ਇਹ ਉਹੀ ਇੱਕ ਭੇਡ ਆ ਸਾਡੇ ਹਿੱਸੇ ਦੀ ਜਿਹੜਾ ਬਿਨੇ ਪਾਲ ਨਹੀਂ ਕਹਿੰਦਾ ਜੀ, ਉਹ ਹੈਰੀ 10-10 ਭੇਡਾਂ ਆਉਂਦੀਆਂ ਉਹਨਾਂ 'ਚ ਇੱਕ। ਇੱਧਰੋਂ ਗਈਆਂ ਨੇ ਆਹ ਵਾਲੇ ਰਾਹ ਵਿੱਚ ਦੀ, ਇਹ ਜਿਹੜੀ ਐਂਟਰੀ ਆ ਪੋਰਟ ਨੂੰ, ਲਿਟਲਟਨ ਪੋਰਟ ਨੂੰ, ਸਾਰੀਆਂ ਇੱਧਰ ਪੋਰਟਾਂ ਸਾਰੀਆਂ ਸ਼ਿਪਾਂ ਆਉਂਦੀਆਂ ਜਾਂਦੀਆਂ ਨੇ ਇੱਥੋਂ ਦੀ। ਬੰਕਰ ਦੇ ਉੱਤੇ ਖੜੇ ਤੁਹਾਨੂੰ ਵਿੱਚ ਵੀ ਲੈ ਕੇ ਜਾਂਦੇ ਆ। ਅੰਦਰੋਂ ਵਧੀਆ ਬਣਾਇਆ ਰੰਗ ਰੁੰਗ ਕਰਕੇ,
ਦੇਖੋ ਇੱਥੋਂ ਨਿਗਾਹ ਰੱਖੀ ਜਾਂਦੀ ਸੀ ਪੂਰੇ ਸਾਰੇ ਏਰੀਏ 'ਚ। ਕੈਂਪਰ ਸਾਈਟ ਹੈ ਜੀ, ਤੁਸੀਂ ਕੈਂਪਿੰਗ ਕਰ ਸਕਦੇ ਹੋ ਇੱਥੇ, ਪਰ ਆਈ ਥਿੰਕ ਪੇਡ ਆ ਅਤੇ ਐਟ ਦ ਮੂਮੈਂਟ ਬੰਦ ਹੈਗਾ, ਤੁਸੀਂ ਐਟ ਦ ਮੂਮੈਂਟ ਨਹੀਂ ਕਰ ਸਕਦੇ ਕੈਂਪਿੰਗ। ਮੈਂ ਰਾਤ ਨੂੰ ਰਹਿਣਾ ਹੈਗਾ ਇੱਥੇ, ਬੁਕਿੰਗ ਕਰਕੇ ਆਓ ਅਤੇ ਇੱਥੇ ਟੈਂਟ ਟੁੰਟ ਲਾਓ, ਚਾਹੇ ਤੁਹਾਡੇ ਕੋਲ ਕੈਂਪਰ ਟ੍ਰੇਲਰ ਆ, ਕੰਡੀਸ਼ਨਾਂ ਬਣਨੀਆਂ ਪੈਣਗੀਆਂ, ਪਰ ਤੁਸੀਂ ਇੱਥੇ ਆ ਸਕਦੇ ਹੋ।